ਹੈਲੋ ਫਰੈਂਡਸ ਵੈਲਕਮ ਹੈ ਮੇਰੇ YouTube ਚੈਨਲ ਮੇ ਬਹੁਤ-ਬਹੁਤ ਸਵਾਗਤ ਹੈ ਸੋ ਅਸ ਵਿਡੀਓ ਦੇ ਵਿੱਚ ਅਸੀਂ ਡਿਸਕਸ ਕਰਾਂਗੇ ਕਾਫੀ ਜ਼ਿਆਦਾ ਜੋ ਡਾਊਟਸ ਹੈ ਸਟੂਡੈਂਟਸ ਨੂੰ ਸਭ ਤੋਂ ਪਹਿਲੇ ਜਿਹੜੇ ਡਾਊਟਸ ਹੈ ਸਟੂਡੈਂਟ ਨੂੰ ਕਿ ETT ਪਲੱਸ BEd ਵਾਲੇ ਇਹ ਜਿਹੜਾ ਠੀਕ ਹੈ ਜੀ ਆਨਲਾਈਨ ਫਾਰਮ ਨਿਕਲਿਆ ਹੈ 8393 ਪੋਸਟਾ ਨਿਕਲਿਆ ਐਨਟੀਟੀ ਦੀਆਂ ਕਿ ਉਹ ਅਪਲਾਈ ਕਰ ਸਕਦੇ ਨੇ ਜਾਂ ਨਹੀਂ ਕਰ ਸਕਦੇ ਨੇ ਦੂਸਰਾ ਜਿਹੜਾ ਕਾਫੀ ਜ਼ਿਆਦਾ ਡਾਊਟਸ ਆ ਰਿਹਾ ਸਟੂਡੈਂਟਸ ਨੂੰ ਇਹ ਹੈ ਕਿ ਜਿਹੜੇ ਅਦਰ ਯੂਨੀਵਰਸਿਟੀਆਂ ਤੋਂ ਜਿਨ੍ਹਾਂ ਨੇ ਐਨਟੀਟੀ ਕੀਤੀ ਹੈ ਮੀਨ ਟੂ ਸੇ ਅਦਰ ਸਟੇਟ ਤੋਂ ਕਿ ਉਹ ਵੀ ਵੈਲਿਡ ਹੈ ਪਲੱਸ ਕਿ ਇਹ ਜਿਹੜੀਆਂ ਪੋਸਟਾਂ ਨਿਕਲੀਆਂ ਦੇ ਵਿੱਚ ਜਿਹੜੇ ISO ਸਰਟੀਫਿਕੇਟਸ ਹੈ ਕਿ ਉਹ ਵੀ ਚੱਲੂਗੇ ਜਾਂ ਸਿਰਫ IGNOU ਜਾਂ ਗਵਰਨਮੈਂਟ ਦੇ ਸਰਟੀਫਿਕੇਟਸ ਵੈਰਾ ਚੱਲੂਗੇ ਇਹ ਸਾਰਾ ਜਿਹੜੇ ਤੁਹਾਡੇ ਕੁਐਸ਼ਨਸ ਤੇ ਆਨਸਰਸ ਐ ਡਾਊਟਸ ਸ ਮੈਂ ਇਸ ਵੀਡੀਓ ਦੇ ਵੀ ਤੁਹਾਨੂੰ ਕਲੀਅਰ ਕਰੂੰਗਾ ਤਾਂ ਸਭ ਤੋਂ ਪਹਿਲੇ ਵਿਦਿਅਕ ਯੋਗਤਾਵਾਂ ਮੀਟੂ ਸ ਐਜੂਕੇਸ਼ਨ ਕੁਆਲਿਫਿਕੇਸ਼ਨਸ ਦੇਖ ਲੈਣੇ ਆ ਕਿ ਕੀ ਕੀ ਇਹਦੇ ਵਾਸਤੇ ਅਤੇ ਤੁਹਾਡੇ ਡਾਊਟਸ ਵੀ ਨਾਲ ਦੇ ਨਾਲ ਕਲੀਅਰ ਮੈਂ ਕਰੂੰਗਾ ਸੰਭਾਵਿਤ ਉਮੀਦਵਾਰ ਨੋ ਸੀਨੀਅਰ ਸਕੈਂਡਰੀ ਸਕੂਲ ਕਲਾਸ 12ਵੀਂ ਇੰਟਰਮੀਡੀਏਟ ਦਾ ਸਰਟੀਫਿਕੇਟ ਜਾਂ ਇਸ ਦੇ ਬਰਾਬਰ ਦਾ ਮਾਨਤਾ ਪ੍ਰਾਪਤ ਬੋਰਡ ਜਾਂ ਸੰਸਥਾ ਤੋਂ ਘੱਟ ਤੋਂ ਘੱਟ 45% ਅੰਕ ਨਾਲ ਪਾਸ ਹੋਣਾ ਚਾਹੀਦਾ ਠੀਕ ਹੈ ਜੀ 12th ਵਿੱਚ ਦੱਸਿਆ ਹੋਇਆ ਹੈ 45% ਦੂਸਰਾ ਸਭ ਤੋਂ ਇੰਪੋਰਟੈਂਟ ਜਿਹੜਾ ਪੁਆਇੰਟ ਹੈ ਡਿਪਲੋਮਾ ਸਰਟੀਫਿਕੇਟ ਇਨ ਨਰਸਰੀ ਟੀਚਰ ਟ੍ਰੇਨਿੰਗ ਜਿਹੜੀ ਹੁੰਦੀ ਹੈ ਐਜੂਕੇਸ਼ਨ ਹੁੰਦੀ ਹੈ ਪ੍ਰੋਗਰਾਮ ਵਿੱਚ ਘੱਟ ਤੋਂ ਘੱਟ ਦਾ 1 ਸਾਲ ਦਾ ਜਿਹੜਾ ਸਰਟੀਫਿਕੇਟ ਜਾਂ 1 ਸਾਲ ਦਾ ਕੋਰਸ ਹੋਣਾ ਚਾਹੀਦਾ ਹੈ ਅਦਰ ਉਸ ਤੋਂ ਘੱਟ ਹੈ ਯੂ ਆਰ ਨਾਟ ਐਲੀਜੀਬਲ ਜਾਂ ਕੋਈ ਹੋਰ ਕੋਰਸ ਇਸ ਦੇ ਬਰਾਬਰ ਦਾ ਹੈ ਅਨੁਸਾਰ ਜੋ ਵੀ ਨਾ ਨੋਟੀਫਿਕੇਸ਼ਨ ਰੀਲੀਜ਼ ਕੀਤਾ ਹੈ ਉਹਦੇ ਬਰਾਬਰ ਹੋਣਾ ਚਾਹੀਦਾ ਸੋ ਇਥੇ ਮੈਂ ਪਹਿਲਾਂ ਤੁਹਾਡਾ ਡਾਊਟ ਕਲੀਅਰ ਕਰ ਦੇਣਾ ਐਂਟੀਟੀ ਵਾਲੇ ਹੀ ਇਹਨੂੰ ਅਪਲਾਈ ਕਰ ਸਕਦੇ ਨੇ ਬੀਐਡ ਅਤੇ ਈਟੀਟੀ ਵਾਲੇ ਨਹੀਂ ਕਰ ਸਕਦੇ ਠੀਕ ਹੈ ਜੀ ਅਤੇ ਸਰਟੀਫਿਕੇਟਸ ਦੀ ਗੱਲ ਕਰਦਾ ਪਿਆ ਸੀ ਆਈਐਸਓ ਸਭ ਕੁਝ ਚੱਲੇਗਾ ਇਗਨੂ ਵੈਰਾ ਵੀ ਚੱਲੇਗਾ ਗਵਰਨਮੈਂਟ ਵੀ ਚੱਲੇਗਾ ਇਥੇ ਕੋਈ ਵੀ ਸਰਟੀਫਿਕੇਟ ਦੀ ਇਹਨਾਂ ਨੇ ਗੱਲ ਨਹੀਂ ਕੀਤੀ ਠੀਕ ਹੈ ਇਹਨਾਂ ਦੱਸਿਆ ਕਿ ਸਿਰਫ ਐਂਟੀਟੀ ਵਾਲੇ ਚਾਹੀਦੇ ਘੱਟ ਤੋਂ ਘੱਟ 1 ਸਾਲ ਦਾ ਉਹਨਾਂ ਦਾ ਕੋਰਸ ਹੋਣਾ ਕੰਪਲਸਰੀ ਹੈ। ਨੈਕਸਟ ਲਿਖਦੇ ਹਾਂ ਸੰਭਾਵੀ ਉਮੀਦਵਾਰ ਨੂੰ ਲਾਜ਼ਮੀ ਜਾਂ 94 ਵਿਸ਼ਿਆਂ ਵਿੱਚੋਂ ਪੰਜਾਬੀ ਨਾਲ 10ਵੀਂ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਠੀਕ ਹੈ ਜੀ ਲਾਸਟ ਪੁਆਇੰਟ ਸਭ ਤੋਂ ਇੰਪੋਰਟੈਂਟ ਅਦਰ ਸਟੇਟਸ ਦੇ ਮੈਨੂੰ ਕਾਫੀ ਜ਼ਿਆਦਾ ਕਮੈਂਟਸ ਆਉਂਦੇ ਆ ਬਿਕਾਜ਼ ਅਦਰ ਸਟੇਟਸ ਨੂੰ ਪਤਾ ਹੈ ਉੱਥੇ ਪੰਜਾਬੀ ਨਹੀਂ ਚੱਲਦੀ ਉੱਥੇ ਉਹਨਾਂ ਦੀ ਸਟੇਟ ਲੈਂਗੁਏਜ ਚੱਲਦੀ ਹੈ ਇਸ ਕਰਕੇ ਅਗਰ ਤਾਂ ਉਹਨਾਂ ਨੇ ਪੰਜਾਬੀ ਦਾ ਐਡੀਸ਼ਨਲ ਸਬਜੈਕਟ ਦਾ ਪੇਪਰ ਦਿੱਤਾ ਹੈ ਉਹ ਪਾਸ ਆਊਟ ਕੀਤਾ ਹੈ ਦੈਨ ਯੂ ਆਰ ਐਲੀਜੀਬਲ ਅਗਰ ਤੁਸੀਂ 10th ਵਿੱਚ ਨਾਟ ਓਨਲੀ ਅਦਰ ਸਟੇਟ ਅਗਰ ਸਾਡਾ ਕੀ ਪੰਜਾਬੀ ਵੀ ਹੈ ਲਾਈਕ ਸੀਬੀਐਸਸੀ ਬੋਰਡ ਵੈਰਾ ਤੋਂ ਕੀ ਵਾਰ ਆਪਾਂ ਕਰਦੇ ਆਂ ਪੰਜਾਬੀ ਨਹੀਂ ਕਰਦੇ ਮੈਂ ਖੁਦ ਠੀਕ ਹੈ ਜੀ ਸੀਬੀਐਸਸੀ ਬੋਰਡ ਤੋਂ ਪੜਿਆ ਪਿਆ ਮੇਰੀ ਪੰਜਾਬੀ ਨਹੀਂ ਹੈ ਜੀ ਕੁਆਲੀਫਾਈਡ ਆ ਮ ਬਾਅਦ ਵਿੱਚ ਐਡੀਸ਼ਨਲ ਇਗਜ਼ਾਮ ਦਿੱਤਾ ਸੀਗਾ ਇਸ ਕਰਕੇ ਅਗਰ ਤੁਸੀਂ ਯਤਾ ਪੰਜਾਬੀ 10th ਵਿੱਚ ਪਾਸ ਕੀਤੀ ਹੋਈ ਹੈ ਸਬਜੈਕਟ ਜਿਹੜਾ ਹੈਗਾ ਦੈਨ ਯੂ ਆਰ ਐਲੀਜੀਬਲ ਐਡੀਸ਼ਨਲ ਪਾਸ ਕੀਤਾ ਹੈ ਯੂ ਆਰ ਐਲੀਜੀਬਲ ਅਗਰ ਨਹੀਂ ਕੀਤਾ ਤਾਂ ਸਭ ਤੋਂ ਪਹਿਲਾਂ ਉਹਨੂੰ ਠੀਕਾ ਜੀ ਮਾਰਚ ਵਿੱਚ ਇਗਜ਼ਾਮ ਹੋਣੇ ਆ ਉਸ ਤੋਂ ਬਾਅਦ ਨੈਕਸਟ ਜਿਹੜੀਆਂ ਪੋਸਟਾਂ ਆਉਗੀਆਂ ਉਹਨ ਲਈ ਤੁਸੀਂ ਐਲੀਜੀਬਲ ਹੋ ਲੇਕਿਨ ਇਹਦੇ ਲਈ ਤੁਸੀਂ ਐਲੀਜੀਬਲ ਨਹੀਂ ਹੋ ਸੇ ਕਾਫੀ ਜ਼ਿਆਦਾ ਡਾਊਟਸ ਅਤੇ ਕਮੈਂਟਸ ਆ ਰਹੀ ਸੀ ਸਟੂਡੈਂਟਸ ਸੋ ਬਾਕੀ ਦੇਖੋ ਜੀ ਫਰੈਂਡਸ ਕਾਫੀ ਜ਼ਿਆਦਾ ਸਟੂਡੈਂਟਸ ਭਰੀ ਜਾਂਦੇ ਪਏ ਨੇ ईटीटी ਵਾਲੇ ਵੀ ਬੀਐਡ ਵਾਲੇ ਵੀ ਹਾਂ ਅਗਰ ਤੁਸੀਂ ਆਪਣੀ ਨੌਲੇਜ ਵਾਸਤੇ ਪੇਪਰ ਫਿਲ ਕਰਨਾ ਹੈ ਕੋਈ ਪ੍ਰੋਬਲਮ ਨਹੀਂ ਹੈ ਯੂ ਕੈਨ ਫਿਲ ਦਾ ਫਾਰਮ ਇਹਦੇ ਵਿੱਚ ਕੋਈ ਵੀ ਅਟੈਚਮੈਂਟ ਨਹੀਂ ਹੈ ਕਿ ਤੁਸੀਂ ਆਪਣਾ ਸਰਟੀਫਿਕੇਟ ਅਪਲੋਡ ਕਰਨਾ ਹੈ ਕੁਝ ਵੀ ਨਹੀਂ ਹੈ ਬਟ ਅਗਰ ਜੋ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ETT बीएड ਕੀਤੀ ਹੈ ਨਾ ਫਿਲ ਕਰੋ ਠੀਕ ਹੈ ਜੀ ਪੈਸੇ ਵੇਸ ਨਾ ਕਰਿਆ ਕਰੋ ਇਦਾਂ ਆਪਣੇ ਹੋਰ ਕਿਸੇ ਟੈਸਟ ਵੈਰਾ ਤੇ ਆਪਣੇ ਪੈਸੇ ਤੁਸੀਂ ਸੇਵ ਕਰਕੇ ਰੱਖੋ ਤੇ ਲਾਓ ਠੀਕ ਹੈ ਜੀ ਬਾਕੀ ਹਾਂ ਜੇ ਤੁਸੀਂ ਆਪਣੇ ਜਸਟ ਐਕਸਪੀਰੀਅੰਸ ਵਾਸਤੇ ਜਾਂ ਨੌਲੇਜ ਵਾਸਤੇ ਐਗਜ਼ਾਮ ਦੇਣਾ ਹੈ ਤੁਸੀਂ ਦੇ ਸਕਦੇ ਹੋ ਕੋਈ ਵੀ ਇਹਦੇ ਵਿੱਚ ਤੁਸੀਂ ਸਰਟੀਫਿਕੇਟ ਵੈਰਾ ਅਪਲੋਡ ਨਹੀਂ ਕਰਨਾ ਸਿਰਫ ਤੁਸੀਂ ਉਹਦੇ ਵਿੱਚ ਰਿਟਰਨ ਜਾਂ ਆਨਲਾਈਨ ਜਦੋਂ ਤੁਹਾਡਾ ਫਾਰਮ ਫਿਲ ਹੁੰਦਾ ਹੈ ਤੁਸੀਂ ਜਸਟ ਆਪਣੀ ਐਜੂਕੇਸ਼ਨ ਕੁਆਲਿਫਿਕੇਸ਼ਨ ਫੀਡ ਕਰਨੀ ਹੈ ਇਹਦਾ ਵੀਡੀਓ ਮੈਂ ਰਿਲੀਜ਼ ਕਰ ਚੁੱਕਾ ਹਾਂ ਕਿ ਤੁਸੀਂ ਤੁਸੀਂ ਫਾਰਮ ਫਿਲ ਕਰਨਾ ਉਹਦੇ ਵਿੱਚ ਕਿਦਾਂ ਕਿਦਾਂ ਸਾਰਾ ਡਾਟਾ ਫਿਲ ਕਰਨਾ ਹੈ ਫੋਟੋ ਕਿਤਾ ਅਪਲੋਡ ਕਰਨੀ ਹੈ ਮੋਡੀਫਿਕੇਸ਼ਨਸ ਵਾਰਾ ਕਿਦਾਂ ਕਰਨੀ ਹੈ ਸਾਰਾ ਕੁਝ ਮੈਂ ਅਪਲੋਡ ਕਰ ਚੁੱਕਾ ਹਾਂ ਆਪਣੇ YouTube ਚੈਨਲ ਤੇ ਜ਼ਰੂਰ ਵੀਡੀਓਜ਼ ਨੂੰ ਦੇਖੋ ਟਾਲੀ ਕਾਫੀ ਜ਼ਿਆਦਾ ਯੂਸਫੁਲ ਹੋਣਗੀਆਂ ਇਸ ਦੇ ਰਿਗਾਰਡਿੰਗ ਹੋਰ ਕੋਈ ਵੀ ਤੁਹਾਡਾ ਕੁਐਸਚਨ ਜਾਂ ਕਿਊਰੀ ਹੁੰਦਾ ਜ਼ਰੂਰ ਕਮੈਂਟ ਸੈਕਸ਼ਨ ਵਿੱਚ ਪੁੱਛੋ ਬਾਕੀ ਗੈਲਰੀ ਉਹਦੇ ਵਿੱਚ ਇੱਕ ਹੋਰ ਬਲੌਕ ਐਡ ਹੋਇਆ ਹੈ ਗ੍ਰੈਜੂਏਸ਼ਨ ਦਾ ਜਿਹੜਾ ਆਪਾਂ ਫਾਰਮ ਫਿਲ ਕਰਦੇ ਹਾਂ ਉਹਦੇ ਵਿੱਚ ਤੁਹਾਨੂੰ ਗ੍ਰੈਜੂਏਸ਼ਨ ਦੇ ਐਕਸਟਰਾ ਪੰਜ ਪਹਿਲੇ ਦਰਜੇ ਨੂੰ 3 ਦੂਜੇ ਦਰਜੇ ਨੂੰ ਅਤੇ ਜਿੰਦੇ ਤੀਜਾ ਦਰਜਾ ਕੀਤਾ ਦੋ ਅੰਕ ਮਿਲਦੇ ਹੈ ਮੈਂ ਤੁਹਾਨੂੰ ਇੱਕ ਵਾਰ ਫਾਰਮ ਦੱਸ ਦਿੰਨਾ ਲਾਈਵ ਇੱਥੇ ਫਿਲ ਐਪਲੀਕੇਸ਼ਨ ਫਾਰਮ ਤੇ ਗਏ ਆਹ ਦੇਖੋ ਇੱਥੇ ਇਹ ਡਿਟੇਲ ਹੈ ਜਿਨ੍ਹਾਂ ਨੇ ਤਾਂ ਗ੍ਰੈਜੂਏਸ਼ਨ ਕੀਤੀ ਹੈ ਹੀ অর ਸ਼ੀ ਕੈਨ ਫਿਲ ਦਾ ਡਿਟੇਲਸ ਅਗਰ ਨਹੀਂ ਹੈ ਤਾਂ ਆਹ ਦੇਖੋ ਇੱਥੇ ਮੈਂ ਗ੍ਰੈਜੂਏਸ਼ਨ ਫਿਲਰ ਨਹੀਂ ਕੀਤੀ ਹੋਈ ਜਿਨ੍ਹਾਂ ਦਾ ਫਾਰਮ ਫਿਲ ਕੀਤਾ ਸੀ ਉਸ ਕਰਕੇ ਉਹਨਾਂ ਦੀ ਇੱਥੇ ਗ੍ਰੈਜੂਏਸ਼ਨ ਡਿਟੇਲ ਨਹੀਂ ਫਿਲ ਕੀਤੀ ਗ੍ਰੈਜੂਏਸ਼ਨ ਤੁਹਾਡੀ ਸਟਰੀਮ ਦੱਸੀਆਂ ਹੋਈਆਂ ਬੀਏ ਹੋਗੀ ਬੀਕਮ ਹੋਗੀ ਬੀਸੀਏ ਵੈਰਾ ਹੋਗੀ ਹੈ ਉਸ ਤੋਂ ਬਾਅਦ ਬੀਐਸਏ ਤੁਸੀਂ ਅੱਗੇ ਕੀਤੀ ਹੋਈ ਹੈ ਯੂ ਕੈਨ ਫਿਲ ਥੀਸ ਡਿਟੇਲਸ ਬਾਕੀ ਸਾਰੀ ਜਿਹੜੀ ਐਜੂਕੇਸ਼ਨਲ ਕੁਆਲੀਫਿਕੇਸ਼ਨ ਉਹ ਮੈਂ ਤੁਹਾਨੂੰ ਦੱਸ ਦਿੱਤੀ ਹੈ ਇਸ ਦੇ ਰਿਗਾਰਡਿੰਗ ਕੋਈ ਵੀ ਤੁਹਾਡਾ ਅਦਰ ਮਾਈਟ ਬੀ ਡਾਊਟ ਹੁੰਦਾ ਜ਼ਰੂਰ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਕਰਕੇ ਪੁੱਛਿਓ ਪੋਸਟ ਨੂੰ ਫਿਲ ਕਰਨ ਤੋਂ ਪਹਿਲੇ ਸਭ ਤੋਂ ਪਹਿਲੇ ਉਹਨਾਂ ਦਾ ਜੋ ਇੱਕ ਐਡਵਰਟਾਈਜ਼ਮੈਂਟ ਹੁੰਦਾ ਹੈ ਠੀਕ ਹੈ ਜੀ ਗਾਈਡਲਾਈਨਸ ਹੁੰਦੀਆਂ ਉਹਨਾਂ ਨੂੰ ਰੀਡ ਕਰਕੇ ਹੀ ਫਾਰਮ ਨੂੰ ਫਿਲ ਕਰਿਆ ਕਰੋ ਤੇ ਪੈਸੇ ਨਾ ਵੇਸਟ ਕਰਿਆ ਕਰੋ ਸੋ ਫਰੈਂਡਸ ਇਨਫੋਰਮੇਸ਼ਨ ਅੱਛੀ ਲੱਗੀ ਹੋਈ ਤਾਂ ਜ਼ਰੂਰ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸ ਚੈਨਲ ਤੇ ਵਿਜ਼ਿਟ ਕੀਤਾ ਹੈ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਕਲਿੱਕ ਕਰ ਦਿਓ ਫਿਰ ਫਿਊਚਰ ਅਪਡੇਟਸ ਪਲਸ ਆਪਣੇ ਨੀਡੀ ਫਰੈਂਡਸ ਨਾਲ ਵੀ ਜ਼ਰੂਰ ਇਹ ਵੀਡੀਓ ਸ਼ੇਅਰ ਕਰੋ so that ਉਹਨਾਂ ਨੂੰ ਵੀ ਜਿਹੜੀ ਐਜੂਕੇਸ਼ਨ ਕੁਆਲਿਫਿਕੇਸ਼ਨ ਹੈ ਉਹਨਾਂ ਬਾਰੇ ਪਤਾ ਲੱਗ ਸਕੇ ਐਨਟੀਟੀ ਵਾਲੇ ਹੀ ਅਪਲਾਈ ਕਰ ਸਕਦੇ ਆ ਈਟੀਟੀ ਬੀਐਡ ਵਾਲੇ ਨਹੀਂ ਅਪਲਾਈ ਕਰ ਸਕਦੇ ਇਹਦੇ ਬਾਰੇ ਵੀ ਉਹਨਾਂ ਨੂੰ ਪਤਾ ਲੱਗ ਸਕੇ so thank you friends for watching this video and for your valuable time